जय जिनेन्द्र, मैं विनीता आप सबका स्वागत करती धार्मिक और सामाजिक समाचारों में। आइए नजर डालते हैं आज के समाचारों पर। जंडियाला गुरु में होला मोहल्ला मनाने के लिए श्री आनंदपुर साहिब जा रही संगतों की बाबा जीवन सिंह मत्स्या सेवा सोसाइटी की ओर से प्रधान कश्मीर सिंह और अन्य सेवादारों के सहयोग से संगतों के लिए लंगर का प्रबंध किया गया। वाहेगुरु जी का खालसा, वाहेगुरु जी की फतेह। जी, जिस तरह से जानते हैं कि होले महल्ले का जरा मेला शुरू हो गया, इस जो संगत आ रही ने आनंदपुर साहब के दर्शन लिए जा रही ने, उतों दर्शन करके वापस भी आ रही ने। उन्होंने वास्ते जरा लंगर का रस्ते में इंतजाम किया, साढ़े नाल सेवादार जी उन्होंने गलबात करते हैं। जी, वाहेगुरू जी का खालसा, श्री वाहेगुरू जी की फतेह। जुगो जुग अटल साहब श्री गुरु ग्रंथ साहब की छत्र साह हेठ ਅਤੇ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ਼੍ਰੀ ਦਸ਼ਮੇਸ਼ ਪਿਤਾ ਮਹਾਰਾਜ ਦੇ ਹੋਲੇ ਮਹੱਲੇ ਦੇ ਸੰਬੰਧ ਵਿੱਚ ਜੋ ਇਹ ਲੰਗਰ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੱਛਾ ਸੇਵਾ ਸੁਸਾਇਟੀ ਅਤੇ ਸਮੂਹ ਸਾਧ ਸੰਗਤ ਅਤੇ ਸ਼ਹਿਰ ਦੀਆਂ ਪ੍ਰਮੁੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਸੰਯੋਗ ਨਾਲ ਹਰ ਸਾਲ 21 ਤਰੀਕ ਨੂੰ ਜੋ ਪਹਿਲੀ ਹੋਲੀ ਤੋਂ ਲੰਗਰ ਸ਼ੁਰੂ ਹੋਏ ਸਨ, 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਹ ਲੰਗਰ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹਿਣਗੇ। ਮੈਂ ਧੰਨਵਾਦੀ ਹਾਂ ਸਾਰੀਆਂ ਸੰਗਤਾਂ ਦਾ ਅਤੇ ਸਮੂਹ ਸੰਗਤਾਂ ਦਾ ਜਿਨ੍ਹਾਂ ਤਨ ਮਨ ਤਨ ਦੇ ਨਾਲ ਸੇਵਾ ਕਰਕੇ ਇਸ ਲੰਗਰ ਨੂੰ ਬੜੀ ਮਹਾਨਤਾ ਬਖਸ਼ੀ ਹੈ। ਔਰ ਮੈਂ ਸਿੱਖ ਜਥੇਬੰਦੀਆਂ ਦਾ ਤਹਿ ਦਿਲੋਂ ਰਿਣੀ ਹਾਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਪੂਰਾ ਸਾਥ ਦੇ ਕੇ ਤਨ ਮਨ ਤਨ ਦੇ ਨਾਲ ਸਾਥ ਦੇ ਕੇ ਸਾਡਾ ਸੰਯੋਗ ਵਧਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। जंडियाला गुरु से परमजीत की खास रिपोर्ट। शिरोमणि अकाली दल यूथ की तरफ से बटाला में शहीद आजम भगत सिंह की शहादत और किसानी आंदोलन में शहीद हुए 300 किसानों की शहादत को समर्पित कैंडल मार्च निकाला गया। इस कैंडल मार्च में अकाली दल के यूथ आगुओं समेत शिरोमणि अकाली दल के सीनियर आगुओं की तरफ से भारी तादाद में शमूलियत की गई। इस मौके अकाली दल के यूथ आगुओं और सीनियर आगुओं का कहना था कि आज देश के और देश के किसानों के हालात देखकर शहीद आजम भगत सिंह जी की रूह भी दुखी होती होगी। उनका कहना था कि केंद्र की अंधी बोली सरकार के राज में देश का अन्नदाता सड़कों पर धक्के खा रहा है। किसानी आंदोलन में 300 किसान शहीद हो चुके हैं, लेकिन केंद्र की सरकार पर इसका कोई असर नहीं दिखाई दे रहा है। वहीं उन्होंने कहा कि शिरोमणि अकाली दल किसानों के साथ खड़ा है और 26 मार्च को भारत बंद के कॉल में भी किसानों को पूर्ण समर्थन दिया जाएगा। अज असी साड़ी कौम दे शहीद भगत सिंह जी, राजगुरु ते सुखदेव जी दी अज शहादत वाले दिन असी ये कैंडल मार्च कढ़िया है कि जेड़े दिल्ली दे विच किसान अंदोलन चल रहा है उहदे विच करीब 300 किसान शहीद हो गए ने, ते अज ये सरकार सेंटर दी सुत्ती पई है, उन्हां दे कन्नां दे उत्ते जो नहीं सरकरी उस सेंटर दी सरकार नूं जगाउण वास्ते लोकां दे विच असी रोस लियाउण वास्ते कैंडल मार्च कढ़िया है। ਜਤਨਪੁਰ ਜ਼ੋਰ ਜਿਹੜਾ ਆ ਹਿੰਦੁਸਤਾਨ ਦਾ ਆਵਾਮ ਜਿਹੜਾ ਆ ਪੂਰੇ ਜ਼ੋਰ ਦੀ ਲੱਗਾ ਆ, ਔਰ ਉਸੇ ਘੜੀ ਦੇ ਵਿੱਚ ਜੋ ਸ਼ਹਾਦਤਾਂ ਉਹਨਾਂ ਨੇ ਦਿੱਤੀਆਂ ਨੇ ਅਸੀਂ ਸਮਝਦੇ ਹਾਂ ਵੀ ਉਹ ਸ਼ਹਾਦਤਾਂ ਜੋ ਸੋਚ ਕੇ ਉਹਨਾਂ ਦਿੱਤੀਆਂ ਸੀ ਅੱਜ ਉਹ ਪੂਰੀਆਂ ਨਹੀਂ ਹੋਈਆਂ। ਅੱਜ ਤਦੇ ਕਰਕੇ ਹੀ ਥਾਂ ਥਾਂ ਦੇ ਉੱਤੇ ਅੰਦੋਲਨ ਜਿਹੜੇ ਕੀਤੇ ਜਾ ਰਹੇ ਆ, ਐਡਾ ਵੱਡਾ ਕਿਸਾਨ ਅੰਦੋਲਨ ਮੇਰਾ ਖਿਆਲ ਹੈ ਦੇਸ਼ ਦੀ ਆਜ਼ਾਦੀ ਲਈ ਵੀ ਐਡਾ ਵੱਡਾ ਅੰਦੋਲਨ ਨਹੀਂ ਹੋਇਆ ਹੋਣਾ। ਅੱਜ ਜਿਹੜਾ ਕਿਸਾਨਾਂ ਦੇ ਹਿੱਤਾਂ ਹੱਕਾਂ ਦੀ ਖਾਤਰ ਹੀ ਨਹੀਂ, ਹਿੰਦੁਸਤਾਨ ਦੇ ਹਰ ਆਵਾਮ ਦੇ ਵਾਸਤੇ, ਮਜ਼ਦੂਰ ਵਾਸਤੇ, ਦੁਕਾਨਦਾਰ ਵਾਸਤੇ, ਹਰ ਇੱਕ ਦੀ ਜੋ ਮਨਸ਼ਾ ਆ ਕਿ ਸਾਨੂੰ ਡੈਮੋਕਰੇਟਿਕ ਵੇ ਰਾਹੀਂ ਇੱਥੇ ਜੀਣ ਦਿੱਤਾ ਜਾਵੇ, ਸਾਰੇ ਦੇ ਸਾਰੇ ਹੀ ਸਿਰਮੌੜ ਜਿਹੜੇ ਸਾਡੇ ਇਸ ਹਲਕੇ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਆਣ ਕੇ ਇਹ ਕੈਂਡਲ ਮਾਰਚ ਦੇ ਵਿੱਚ ਹਿੱਸਾ ਪਾ ਕੇ ਅੱਜ ਆਪਣੇ ਦਿਲੋਂ ਕਣੋਂ ਮਨੋਂ ਉਹਨਾਂ ਕਿਸਾਨਾਂ ਨੂੰ ਤੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਸ ਸੁੱਤੀ ਸਰਕਾਰ ਬੇਈਮਾਨ ਨੂੰ ਜਿਨ੍ਹਾਂ ਨੂੰ ਦੇਸ਼ ਦੀ ਰਾਖੀ ਤੇ ਲੋਕਾਂ ਦੇ ਹਿੱਤਾਂ ਲਈ ਬਣਾਇਆ ਸੀ, ਅੱਜ ਉਹਨਾਂ ਨੂੰ ਜਗਾਉਣ ਵਾਸਤੇ ਜਿਹੜਾ ਮਾਰਚ ਕੀਤਾ ਗਿਆ ਆ। ਵੇਖੋ, ਜਿੱਥੇ ਸਾਡੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੀ ਗੱਲ, ਕਿਸਾਨੀ ਨੂੰ ਮਾਰਨ ਦੀ ਗੱਲ ਇਹ ਸੈਂਟਰ ਸਰਕਾਰ ਨੇ ਕੀਤੀ ਆ, ਜੇ ਉਹ 300 ਸਾਡੇ ਜਿਹੜੇ ਕਿਸਾਨ ਭਰਾ ਅੰਦੋਲਨ 'ਚ ਗਏ ਸ਼ਹੀਦ ਹੋ ਗਏ ਆ, ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖਿਆ ਜਾਵੇ ਤੇ ਸ਼ਹੀਦ ਭਗਤ ਸਿੰਘ ਜੀ ਵੀ ਜ਼ਰੂਰ ਇਸ ਗੱਲ 'ਤੇ ਦੁਖੀ ਹੋਣਗੇ ਕਿ ਜਿਹੜਾ ਇੱਕ ਅੰਨਦਾਤਾ ਪੰਜਾਬ ਦਾ, ਜਿਹੜਾ ਅੰਨਦਾਤਾ ਹਿੰਦੁਸਤਾਨ ਦਾ ਅੱਜ ਸੜਕਾਂ 'ਤੇ ਰੋੜ ਰਿਹਾ ਉੱਥੇ ਬੈਠਾ, ਉਹਦੀ ਇਹ ਕੇਂਦਰ ਦੀ ਗੂੰਗੀ ਬੋਲੀ ਸਰਕਾਰ, ਇੱਕ ਹਿਟਲਰ ਸਰਕਾਰ ਸੁਣ ਨਹੀਂ ਰਹੀ। ਜੇ ਉਹਦੇ ਵੱਲ ਵੇਖੀਏ ਤਾਂ ਭਗਤ ਸਿੰਘ ਜੀ ਦੀ ਜਿਹੜੀ ਇਹ ਆਤਮਾ ਆ ਉਹ ਦੁਖੀ ਹੁੰਦੀ ਹੋਊਗੀ ਔਰ ਇਹ ਕੇਂਦਰ ਸਰਕਾਰ ਨੂੰ ਲਾਹਨਤ ਪਾਉਂਦੀ ਹੋਏਗੀ। 26 ਤਰੀਕ ਨੂੰ
भारत बंद का ऐलान किया गया किसान जथेबंदियों वालों श्रोमणी अकाली दल यूथ वालों समर्थन होगा सब तो पहला साढ़े पार्टी के प्रधान सरदार सुखबीर सिंह जी बादल ने कहा कि जो 32 जथेबंदियां किसानों दियां अगे लगनगियां श्रोमणी अकाली दल पिछे लगेगा और हर अंदोलन के वड्डा हिस्सा पाउंदा रहेगा। इस 26 तरीक वाली काल दे विच भी वड्डा हिस्सा पावांगे और गूंगी बोली सरकार नूं जगा के रख देंगे। गुरदासपुर से जतिंदर कुंडल की रिपोर्ट। साथ ही लुधियाना में भी जगराओं पुल से शुरू होकर शहर के कई हिस्सों में कैंडल मार्च निकाला गया। इस अवसर पर युवा अकाली दल के नेताओं और उनके किसानों के लिए भी प्रार्थना की जो कि काले कानून का विरोध कर रहे हैं। युवा अकाली दल के पदाधिकारियों ने भगत सिंह, राजगुरु और सुखदेव को शहीद का दर्जा देने की भी मांग की। इस अवसर पर युवा अकाली दल के जिलाध्यक्ष गुरदीप सिंह गोशा और प्रभजोत सिंह धालीवाल ने कहा कि युवाओं को भगत सिंह, राजगुरु और सुखदेव के नक्शे कदम पर चलना चाहिए। उन्होंने कहा कि युवा पीढ़ी को भगत सिंह के उदाहरण और उनके नक्शे कदम पर चलने के लिए समय की आवश्यकता नहीं है और इनको केवल इनके जन्मदिन और शहादत के दिन नहीं बल्कि वर्ष के 365 दिन तक याद रखना चाहिए। कैंडल मार्च कढ़ने दे बारे की कहना चाहुंदे जी? अज 23 मार्च जो दिन आंदा शहीद आजम भगत सिंह जी, राजगुरु जी, सुखदेव जी दोले फड़क दे नौजवानों दे क्योंकि उन्हां दी शहादत 24 साल दे उम्र दे विच रस्सियां नूं चुम्मिया, फांसी दे रस्सियां नूं हस के चुम्मिया। उन्होंने कह दिता सीगा कि गोरे चले जाणगे काले आ जाणगे ते उही गल जी सरकारां दीआं बदल जरूर गई पर सिस्टम हो ही रहा, करप्शन हो ही रहा, धक्केशाही हो ही रही। भगत सिंह ने कीर्ति किसान पार्टी बनाई सी ते अज किसाना किसान शहादत का जाम पी रहे हैं पर सरकार फिर वो सुतियां दियां सुतियां। हमेशा सानू अपने हक सड़कों पर बैठ के लैने पै रहे। अज उन्हां शहीदां नूं भगत सिंह जी, राजगुरु, सुखदेव जी जिहड़े होर भी समस्त शहीद है चाहे करतार सिंह सराभा वर जी वर्गे, लाला लाजपत राय जी वर्गे सारिया कैंडल मार्च कट के श्रद्धांजलि दे रहे हैं। तो नाल जो किसान जिन्होंने शहीदों का जाम पीता उन्होंने श्रद्धांजलि दे रहे हैं बंटी रमाणा जी वाले काल से सारे पंजाब के नौजवानों वालों ता करके सारा यूथ अकाली दल एक लड़ी के सरकार नूं जगाने च काम आ जाएगा। जो समुचे पंजाब दे विच सारा यूथ अच्छ सड़क आ रहा एक मंग कर रहा कि इन्हां नूं कौमी शहीद का दर्जा दिता जाए तो किसानों नूं उहदा हक मिले ता जो भी अपने घर आके खुशी खुशी रह सकण। अज समुचे तौर ते सारे आए हैं। मैं धन्यवाद करदा निर्मल सिंह जी, SS जी, धन्यवाद करदा प्रेसर जी, मिश्रा जी, साढ़े यूथ के सीनियर मीत प्रधान तनवीर सिंह धालीवाल जी, दिहाती प्रधान प्रभजोत सिंह धालीवाल जी, समुचे जिन्हें साढ़े भरा असीं कहिंदे आ साडा वर्कर कोई नहीं, असीं मोढे नाल मोढा जोड़ के सारे इकट्ठे करने वाले बंदे आ। उम्मीद करते हैं आने वाले टाइम से करप्शन के खिलाफ एक जंग विड़ांगे जिहड़ियां सरकारां तख्त वड्डे वड्डे पहला हिलियां ते हुण भी हिलणगियां। सर गदर पार्टी लहर पहला भी अज उही लहर अज भी दिखाई दे रही है। पहला गोरियां नूं भजाया हुण इह गोरियां नकाब दुआरा सामने आ रहा किसानां वल्लों रोज दिखाया जा रहा। इस बारे तुहाडा की कहना? देखो मैं तो बार बार यह कहना कि गोरे चले गए काले आ गए सेम चीज़ है, कोई फर्क नहीं पिया। करप्शन का बोलबाला सगों अगे ना भी करप्शन वध गई है, धक्केशाही अगे ना भी वध गई है। सरकारा जागदियां तुसीं ये दसो अज समुचा विश्व मना रहा जिते भी भारत वासी बैठे आ भगत सिंह जी नूं याद कर रहा, सराभा जी नूं याद कर रहा, चाहे राजगुरु सुखदेव जी नूं याद कर रहा। ये सिर्फ सरकारा याद कर सकती है, कौमी शहीद क्यों नहीं दिता गया? सिर्फ सरकार की धक्केशाही है, असीं धक्केशाही के खिलाफ अज इकट्ठे होए। लुधियाना से कैमरामैन जसविंदर के साथ एकता की रिपोर्ट। संत बाबा लाल सिंह गुरुद्वारा साहिब में शहीद भगत सिंह ब्लड सेवा गुरदासपुर, ब्लड डोनर एवं वेलफेयर सोसाइटी दीनानगर तथा निफा के सहयोग से शहीद भगत सिंह, शहीद राजगुरु और शहीद सुखदेव के शहीदी दिवस को श्रद्धांजलि देते हुए एक रक्तदान शिविर का आयोजन किया गया। जानकारी देते हुए श्याम सिंह ठाकुर तथा अमरजीत सिंह ने बताया कि आज के दिन ही देश भर में 1500 स्वैच्छिक रक्तदान शिविर लगाए गए और एक दिन में 90,000 रक्त यूनिट्स डोनेट करके गिनीज वर्ल्ड रिकॉर्ड बनाने की एक कोशिश है, जिसके अंतर्गत इस रक्तदान कैंप में 85 यूनिट खून एकत्रित किया गया है। उन्होंने बताया कि रक्तदान को महादान का दर्जा दिया गया है, एक बार रक्तदान करके 4 लोगों की जान बचाई जा सकती है। इस अवसर पर सागर शर्मा, करणवीर सिंह तथा अन्य मौजूद रहे। हर साल की तरह इस बार भी 23 मार्च शहीदों की याद में समर्पित गुरदासपुर में आप खूनदान कैंप लगाया है, जिसका सानू बहुत ही वधिया रिस्पोंस मिल रहा यूथ वालों। बहुत ही उत्साह नाल यूथ पहुँच रहा इतने खून देने दे लई। इस खून का जिहड़ा खूनदान का जिहड़ा मेन साडा मैसेज आ वो आपां तुहानूं इस मीडिया के जरिए दसदे हां भी अज दे दिन पूरे भारत के
1500 कैंप लग रहा जिस दे विच 1 लाख के करीब यूथ ब्लड डोनेट करके शहीदों को श्रद्धांजलि देगा जो कि गिनीज बुक ऑफ रिकॉर्ड का टॉप ते मतलब जाऊगा इतिहास दे विच गिनीज बुक रिकॉर्ड दे विच दर्ज होगा ये इतिहास जिहदे विच 1 दिन दे विच 1 लाख के करीब मुंडा ब्लड डोनेट कर रहा यूथ ब्लड डोनेट कर रहा है। तो नाल दी नाल मैं तुहानू ये भी दस देना चाहना भी कुछ एक बंदियां दा ये मैसेज बड़ा मतलब फैलर दा भी ब्लड देने दे नाल सानू कोई घबराहट हुंदी है जां साडा ब्लड नहीं बनता खून नहीं बनता ये बिल्कुल गलत आ ये बिल्कुल एक फेक जिहड़ी मतलब फेक मैसेज वायरल किया जाता भी ब्लड देने दे नाल साडा नुकसान हुंदा इस तरह का कुछ हुंदा मानवता की सब तो वड्डी सेवा जिहड़ी खूनदान की सेवा। मैं जी अमरजीत सिंह पहला तो तुहाडे चैनल का स्वागत करता जी बहुत बहुत जिहड़ा तुसीं आए साडे कोल। बाकी मैं हर युवा वर्ग नूं यही कहांगा कि अपने ब्लड डोनेशन जरूर हर 90 दिन बाद ब्लड डोनेट जरूर करया करो ये कोई भी नुकसान नहीं है अपने शरीर नूं बेनीफिट ही है बीमारियों तो बचते हैं असीं तो ब्लड डोनेशन हर 3 महीने बाद जरूर करया करो ये किसी की जान बचती है तो लोगों का भला होंगे। वाहेगुरू जी का खालसा वाहेगुरू जी की फतेह। अज का कैंप विशेष क्यों अज 23 मार्च में असीं श्रद्धांजलि दे रहे हैं शहीद भगत सिंह सुखदेव राजगुरु जी को तो हर साल ये कैंप लगाया जाएगा इसका मकसद यही है कि यु जो अज का नौजवान आ ये कैंप सिर्फ नौजवानों भी लगया गया उन्होंने दसन दे रही कि अभी श्रद्धांजलि देने जा रहे हैं आओ इस कैंप में ब्लड डोनेट जो ब्लड डोनेट किया जाता है क्यों जरूरी है और जिंदगी देखो हिंदुस्तान के रोज़ हज़ारा एक्सीडेंट होंगे हज़ारा लख डिलीवरी केस होंगे ने उन्होंने वास्ते मौके पर ब्लड की लोड़ पैंदी है सो लोगों अगर ब्लड कैंपा के डोनेट नहीं करेंगे तो मौके पर किस तरह मिलेगा जोड़ा वहम है भी असं कैंपा के नहीं देना तो मौके पर देंगे तो ब्लड को प्रोसैसिंग करद 4 से 6 घंटे लग जाते हैं इन्नी देर मरीज की जान जा सकती है सो हमेशा कैंप के ब्लड डोनेट करो कई फायदे ने ब्लड डोनेट करने के HIV HCV HBV VDR मलेरिया टेस्ट हो जाता है कोलेस्ट्रोल ठीक हो जाता है हार्ट अटैक की जी रिड्यूस हो जाता है सो ब्लड डोनेट करना चाहिए सानू सारे करना चाहिए। जी मैं घट्टो घट 12-13 बारी पहला डोनेट किया पर हुण तो साल पहला किया साल बाद हुण कर रहा बहुत वधिया इहदे नाल कोई प्रॉब्लम नहीं आती जी इहदे सैल नवे बनते हैं जां आपां फ्रैश महसूस करते हैं इस तों बाद ना वैसे भी अपना जो खून संघना हो जाता ब्लड डोनेट करना देने तो बाद खून पतला हों नवे सैल बनते फ्रैश ही महसूस करता बंदा ठीक रहता जी कैमरामैन पुनीत रघुवंशी के साथ प्रिंस आनंद की दीनानगर से रिपोर्ट। यूं तो हमारे देश में पुलिस को नकारा और निकम्मा समझा जाता है पर बठिंडा पुलिस ने इसको झूठा साबित कर मुस्तैदी दिखाते हुए बड़े चोरों के गिरोह को धर दबोचा। आइए बताते हैं पूरी वारदात। कुछ दिन पहले बठिंडा के लहरा बेगा पेट्रोल पंप पर 5 हथियारबंद लोगों ने पेट्रोल पंप से पहले तेल डलवाया उसके बाद गन पॉइंट पर उनसे करीब 2.5 लाख रुपए लूट ले गए। उसके बाद कुछ ही देर बाद शाम करीब 6 बजे कोट शमीर गांव के पेट्रोल पंप पर भी उसी गिरोह ने डकैती की और उनसे भी नकदी लूट ली। पुलिस द्वारा मुस्तैदी दिखाते हुए उन्हें गांव पक्का कला में पकड़ा और उनके पास से भारी मात्रा में असला बरामद किया जिसमें 2 पिस्टल 12 बोर 4 राउंड 1 कृपाण 17 मोबाइल फोन और लूट की रकम बरामद की। एक ही दिन में कई वारदात को अंजाम दे चुके थे आरोपी। जानकारी देते हुए बठिंडा के SSP अजीत सिंह विर्क ने बताया एक पेट्रोल पंप से 5 व्यक्ति हथियारबंद व्यक्तियों ने पेट्रोल पंप में लुटिया है जितों कि 2.5 लाख के करीब कैश लुट के लै गए है। अराउंड 6 बजे फिर इतला आई भी 5 व्यक्ति ही कोट शमीर पेट्रोल पंप तो भी कुछ अमाउंट लुट के लै गए है। तो इस जो इन्फॉर्मेशन आई तो जी सा बाहर पार्टी सी ਜਿਹਦੇ ਵਿੱਚ ਸਾਡੇ CIA ਦੀ ਪਾਰਟੀ ਸੀਗੀ ਇੰਸਪੈਕਟਰ CIA 2 ਇੰਸਪੈਕਟਰ ਜਸਵੀਰ ਸਿੰਘ ਅਤੇ ਇਹ ਜੋ ਇਨਫੋਰਮੇਸ਼ਨ ਮਿਲੀ ਅਤੇ ਇਹਨਾਂ ਨੇ ਫਿਰ ਇਹ ਬੰਦੇ ਜਿਹੜੇ ਹੈਗੇ ਆ ਇਹ ਰਿਕਵਰ ਕੀਤਾ ਅਰੈਸਟ ਕੀਤੇ ਹੈਗੇ ਆ ਜਿਹੜੇ ਦੋਨਾਂ ਦੇ ਇਹ ਦੋਨੇ ਪੈਟਰੋਲ ਪੰਪ ਦੇ ਜਿਹੜੇ ਇੰਸੀਡੈਂਟਸ ਹੋਏ ਆ ਉਹਦੇ 'ਤੇ ਅਸੀਂ 395 ਦੀ ਤਹਿਤ ਨਸ਼ਾ ਹੁਣ ਬਾਕੀ ਮੈਡੀਕਲ ਡਾਕਟਰਸ ਦੱਸਣਗੇ ਕਿਸ ਟਾਈਪ ਦਾ ਨਸ਼ਾ ਸੀਗਾ
ਉਹੀ ਦੱਸਣਗੇ ਨਾ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਨੇ ਕੀਤਾ ਸੀ ਉਹ ਕੰਜ਼ੂਮ ਕਰ ਲਿਆ ਉਹਨਾਂ ਨੇ ਅਤੇ ਉਹ ਹੁਣ ਜਿਹੜਾ ਉਹਨਾਂ ਦਾ ਅਸੀਂ ਜਿੱਥੋਂ ਅਰੈਸਟ ਕੀਤੇ ਹੈਗੇ ਆ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਸਿਵਲ ਹੋਸਪਿਟਲ ਦੇ ਵਿੱਚ ਦਾਖਲ ਕਰਾਇਆ ਹੈਗਾ ਅਤੇ ਡਾਕਟਰ ਦੱਸਣਗੇ ਕਿਹੜਾ ਨਸ਼ਾ ਉਹਨਾਂ ਨੇ ਦੱਸੇਵਲ ਕੀਤਾ ਹੈਗਾ। ਹਾਂਜੀ ਵਿੱਚ ਅੰਦਰ ਪਈਆਂ ਸੀਗੀਆਂ ਸਰ, ਨੰਬਰ ਓਰੀਜਨਲ ਲੱਗਾ ਸੀਗਾ ਇਹ। ਹਾਂ ਇਹ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੋਈ ਹੈ, ਇਹ ਗੱਡੀ ਉਹਨਾਂ ਨੇ ਕੱਲ੍ਹ ਰਾਤ ਹੀ ਮੋਹਾਲੀ ਤੋਂ ਚੋਰੀ ਕੀਤੀ ਸੀਗੀ ਔਰ ਰਾਹ ਦੇ ਵਿੱਚ ਆਉਂਦੇ ਆਉਂਦੇ ਉਹਨਾਂ ਨੇ ਇੱਕ ਭਵਾਨੀਗੜ੍ਹ ਦੇ ਵੀ ਪੈਟਰੋਲ ਪੰਪ ਨੂੰ ਲੁੱਟਿਆ ਸੀਗਾ। ਬਠਿੰਡਾ ਸੇ ਜਗਨੂਰ ਸ਼ਰਮਾ ਕੀ ਰਿਪੋਰਟ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇ ਨੇਤਰਤਵ ਵਾਲੀ ਪੰਜਾਬ ਸਰਕਾਰ ਲੁਧਿਆਣਾ ਕੇ ਸਰਵਾਂਗੀਣ ਵਿਕਾਸ ਕੇ ਲਈ ਠੋਸ ਪ੍ਰਯਾਸ ਕਰ ਰਹੀ ਹੈ, ਜਿਸਕੇ ਅੰਤਰਗਤ ਰੋਜ਼ ਗਾਰਡਨ ਜੋ ਕਿ ਕਾਫੀ ਸਾਲੋਂ ਸੇ ਬਹੁਤ ਹੀ ਖਸਤਾ ਹਾਲ ਮੇ ਥਾ, ਜਿਸਕਾ ਨਵੀਨੀਕਰਨ ਕਾ ਕਾਰਯ ਆਜ ਸੇ ਸ਼ੁਰੂ ਕੀਆ ਗਿਆ, ਜਿਸਕਾ ਉਦਘਾਟਨ ਲੁਧਿਆਣਾ ਸੈਂਟਰਲ MLA ਸੁਰਿੰਦਰ ਡਾਬਰ ਦੁਆਰਾ ਕੀਆ ਗਿਆ। ਵਹੀਂ ਜਾਣਕਾਰੀ ਦੇਤੇ ਹੋਏ ਸੁਰਿੰਦਰ ਡਾਬਰ ਨੇ ਬਤਾਇਆ ਕਿ 3,48,00,000 ਰੁਪਏ ਕੀ ਲਾਗਤ ਸੇ ਮਹੱਤਵਾਕਾਂਕਸ਼ੀ ਸੌਂਦਰਯੀਕਰਨ ਔਰ ਮਿੰਨੀ ਰੋਜ਼ ਗਾਰਡਨ ਕਾ ਨਵੀਨੀਕਰਨ ਕਾ ਕਾਰਯ ਸ਼ੁਰੂ ਕਰ ਦਿਆ ਗਿਆ ਹੈ। ਸਮਾਰਟ ਸਿਟੀ ਕੇ ਤਹਿਤ ਇਸ ਪਰਿਯੋਜਨਾ ਕੋ ਪੂਰਾ ਕੀਆ ਜਾ ਰਹਾ ਹੈ ਔਰ 1 ਸਾਲ ਕੇ ਭੀਤਰ ਕਾਮ ਖਤਮ ਹੋ ਜਾਏਗਾ। ਡਾਬਰ ਨੇ ਕਿਹਾ ਕਿ ਕਾਮ ਪੂਰਾ ਹੋਣੇ ਕੇ ਬਾਅਦ ਨਿਵਾਸੀਓ ਕੋ ਸੁਬਹ ਸ਼ਾਮ ਟਹਿਲਨੇ ਔਰ ਮਨੋਰੰਜਨ ਕੇ ਲਈ ਸ਼ਾਨਦਾਰ ਜਗ੍ਹਾ ਮਿਲੇਗੀ। MLA ਸਾਡੇ ਨਾਲ ਮੌਜੂਦ ਨੇ, ਅੱਜ ਮਿੰਨੀ ਰੋਜ਼ ਗਾਰਡਨ ਦੇ ਵਿੱਚ ਨਵੀਨੀਕਰਨ ਦਾ 3.5 ਕਰੋੜ ਦੇ ਕਰੀਬ ਲਾਗਤ ਨਾਲ ਅੱਜ ਉਦਘਾਟਨ ਕੀਤਾ ਗਿਆ। ਗੱਲ ਕਰਦੇ ਹਾਂ ਕੀ ਨਵੀਨੀਕਰਨ ਕਰ ਰਹੇ ਹੋ। ਸੁਨੇ ਡਾਬਰ ਜੀ, ਅੱਜ ਤੁਹਾਨੂੰ ਵਿਕਾਸ ਪੁਰਸ਼ ਦੇ ਨਾਂ ਤੇ ਵੀ ਕਿਹਾ ਗਿਆ, ਸਨਮਾਨਿਤ ਕੀਤਾ ਗਿਆ, ਕੀ ਕਹਿਣਾ ਚਾਹੋਗੇ ਆਪਣੇ ਹਲਕੇ? ਮੈਨੂੰ ਹਲਕੇ ਦੇ ਲੋਕਾਂ ਨੇ ਚੁਣਿਆ, ਮੇਰਾ ਫਰਜ਼ ਬਣਦਾ ਉਹਨਾਂ ਦੀ ਸੇਵਾ ਕਰਨਾ, ਇਲਾਕੇ ਦਾ ਵਿਕਾਸ ਕਰਾਉਣਾ। 3,28,00,000 ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਦਾ ਸ਼ੁਰੂਆਤ ਕੀਤੀ ਹੈ। ਸਾਡੇ ਮੇਅਰ ਨਗਰ ਨਿਗਮ ਲੁਧਿਆਣਾ, ਕਮਿਸ਼ਨਰ ਨਗਰ, ਸੀਨੀਅਰ ਡਿਪਟੀ ਮੇਅਰ, ਸਾਰੇ ਪਾਰਸ਼ਦ ਸਾਰੇ ਇਕੱਠੇ ਹੋਏ ਨੇ, ਜਿਸ 'ਚ ਮਿਊਜ਼ੀਕਲ ਫਾਊਂਟੇਨ, ਕੈਫੇ, ਬੈਡਮਿੰਟਨ ਕੋਰਟ, ਲੈਂਡਸਕੈਪਿੰਗ, ਦੀਵਾਰਾਂ ਨਵੀਆਂ, ਗੱਲਾਂ ਨਵੀਆਂ, ਵਾਲਸ ਨਵੀਆਂ, ਬੜਾ ਖੂਬਸੂਰਤ ਬਣਾ ਲਈ ਜਾ ਰਹੇ ਹਾਂ। ਹੋਰ ਵੀ ਬਹੁਤ ਤੁਹਾਡੇ ਇਲਾਕੇ 'ਚ ਵਿਕਾਸ ਦੀ ਹਲੇ ਲੋੜ ਹੈ, ਕਿੱਥੇ ਕਿੱਥੇ ਹੋਰ ਵੀ ਤੁਸੀਂ ਗੱਲ ਕੀਤੀ ਸੀ ਅਸੀਂ ਵਿਕਾਸ ਕਰਨ ਜਾ ਰਹੇ ਹਾਂ? 5 ਕਰੋੜ ਦੀ ਲਾਗਤ ਦੇ ਨਾਲ ਅਸੀਂ ਮੈਡੀਕਲ ਦੀ ਰੋਡ ਜਿਹੜੀ ਦੁਖਨਿਵਾਰਨ ਤੋਂ ਜਾਂਦੀ ਹੈ, ਲੇਕਿਨ ਪਹਿਲਾਂ ਸਗੋਂ ਨੂੰ ਬਣਾ ਲਈ ਜਾ ਰਹੇ ਹਾਂ। 50 ਕਰੋੜ ਦੀ ਲਾਗਤ ਦੇ ਨਾਲ ਇੱਕ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਅਸੀਂ ਅਗਲੇ ਮਹੀਨੇ ਸ਼ੁਰੂ ਕਰਾਂਗੇ। ਇੱਕ ਖਾਸ ਕਰਕੇ ਤੁਹਾਡੇ ਇਲਾਕੇ 'ਚ ਜਿੰਨਾ ਵੀ ਬੁੱਢਾ ਨਾਲਾ ਪੈਂਦਾ ਸੀਗਾ ਉਹਦਾ ਵੀ ਤੁਸੀਂ ਗੱਲ ਕੀਤੀ ਹੈ, CM ਸਾਹਿਬ ਦੇਖ ਰਹੇ ਨੇ, ਠੀਕ ਆ, ਉਹ ਕਰਨਗੇ। ਇਹ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਦੀ ਬਹੁਤ ਦੇਰ ਤੋਂ ਇਹ ਡਿਮਾਂਡ ਚੱਲੀ ਆ ਰਹੀ ਸੀ ਕਿ ਬਾਕੀ ਪਾਰਕਾਂ ਦੀ ਤਰ੍ਹਾਂ ਮਿੰਨੀ ਰੋਜ਼ ਗਾਰਡਨ ਜਿਹੜਾ ਹੈ ਉਹਦੀ ਇੱਕ ਵਿਲੱਖਣ ਤਸਵੀਰ ਹੋਣੀ ਚਾਹੀਦੀ ਹੈ ਸ਼ਹਿਰ ਵਿੱਚ। ਔਰ ਬਹੁਤ ਵਾਰੀ ਡਾਬਰ ਸਾਹਿਬ ਨਾਲ ਡਿਸਕਸ ਵੀ ਹੋਇਆ ਔਰ ਉਹਨਾਂ ਨੇ ਕਿਹਾ ਵੀ ਮੇਰੇ ਦਿਲ ਦੀ ਚਾਹਨਾ ਹੈ, ਮੇਰਾ ਇਹ ਡ੍ਰੀਮ ਪ੍ਰੋਜੈਕਟ ਹੈ ਕਿ ਮੈਂ ਮਿੰਨੀ ਰੋਜ਼ ਗਾਰਡਨ ਨੂੰ ਸ਼ਹਿਰ ਦਾ ਇੱਕ ਬਿਹਤਰੀਨ ਉਦਾਹਰਣ ਪੇਸ਼ ਕਰਤਾ ਪਾਰਕ ਬਣਾਵਾਂ। ਅਤੇ ਇਸੇ ਕਰਕੇ ਉਹਨਾਂ ਨੇ ਇਹਦੇ ਵਿੱਚ ਮਿਊਜ਼ੀਕਲ ਫਾਊਂਟੇਨਸ, ਫੁਆਰੇ ਜਿਹਨੂੰ ਆਪਾਂ ਕਹਿੰਦੇ ਹਾਂ, ਔਰ ਪਿੱਛੇ ਬੈਡਮਿੰਟਨ ਗਰਾਊਂਡ ਔਰ ਰੰਗ ਬਿਰੰਗੇ ਫੁੱਲਾਂ ਦੇ ਪੌਦੇ, ਬ੍ਰਿਕਸ਼ ਛਾਂਦਾਰ, ਤਾਂ ਕਿ ਲੋਕ ਸਵੇਰੇ ਸੈਰ ਕਰਨ ਆਉਣ ਤਾਂ ਤਾਜ਼ੀ ਹਵਾ ਉਹਨਾਂ ਨੂੰ ਮਿਲੇ। ਔਰ ਕਈ ਜੜੀਆਂ ਬੂਟੀਆਂ ਨਾਲ ਯੁਕਤ ਇੱਥੇ ਪੌਦੇ ਵੀ ਲਗਾਏ ਜਾ ਰਹੇ ਆ ਤਾਂ ਕਿ ਜਿਹੜੇ ਕੋਈ ਮੈਡੀਸਨ ਵਗੈਰਾ ਬਣਾਉਣੀ ਹੈ ਉਹਨਾਂ ਨੂੰ ਵੀ ਇਹਦੀ ਮਦਦ ਮਿਲ ਸਕੇ। ਤਾਂ ਇਸ ਕਰਕੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਕੇ 3,48,00,000 ਦਾ ਇਹ ਪ੍ਰੋਜੈਕਟ ਮਨਜ਼ੂਰ ਕਰਾਇਆ ਔਰ ਇਸ ਪ੍ਰੋਜੈਕਟ ਨੂੰ ਘੱਟੋ ਘੱਟ 3-4 ਮਹੀਨੇ ਵੀ ਲੱਗਣਗੇ। ਔਰ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਹੁਣੇ ਹੀ ਡਾਬਰ ਸਾਹਿਬ ਨੇ ਵੀ ਅਨਾਊਂਸ ਕੀਤਾ ਕਿ ਓਨੀ ਦੇਰ ਉਹ ਸਾਰੇ ਸੱਜਣ ਸਿਵਲ ਹੋਸਪਿਟਲ ਦੀ ਬੈਕ 'ਤੇ ਜੋ ਚਿਲਡਰਨ ਪਾਰਕ ਹੈ ਉਸ ਨੂੰ ਯੂਜ਼ ਕਰਨ, ਉੱਥੇ ਸੈਰ ਕਰਨ, ਰੋਜ਼ਮਰਾ ਦਾ ਆਪਣਾ ਜਿਹੜਾ ਉਹਨਾਂ ਦਾ ਰੂਟੀਨ ਆ ਉਹ ਖਰਾਬ ਨਾ ਕਰਨ ਅਤੇ 3-4 ਮਹੀਨੇ ਉਹ ਸਾਡੇ ਨਾਲ ਆਪਣੀ ਤਕਲੀਫ ਨੂੰ ਸਹਿਣ ਕਰਦੇ ਹੋਏ ਉਹ ਸਾਡੇ ਨਾਲ ਸਹਿਯੋਗ ਕਰਨ ਤਾਂ ਕਿ ਇਹ ਵਧੀਆ ਪਾਰਕ ਬਣ ਸਕੇ ਔਰ ਜਿਹੜਾ 3,48,00,000 ਰੁਪਈਆ ਜਿਹੜਾ ਹੈ ਉਹ ਠੀਕ ਢੰਗ ਨਾਲ ਇੱਥੇ ਲੱਗ ਸਕੇ ਔਰ ਇਹ ਸ਼ਹਿਰ ਦਾ ਇੱਕ ਬਿਹਤਰੀਨ ਪਾਰਕ ਜੋ ਹੈ ਉਹ ਸਾਬਤ ਹੋ ਸਕੇ। ਤੁਹਾਨੂੰ ਲੱਗਦਾ ਲੋਕ ਕਹਿੰਦੇ 4 ਸਾਲ ਬੀਤ ਗਏ ਕਾਂਗਰਸ ਨੂੰ, ਹੁਣ ਯਾਦ ਆਇਆ ਕਹਿੰਦੇ ਨਵੀਨੀਕਰਨ ਦਾ, ਹੁਣ ਵਿਕਾਸ ਇਲੈਕਸ਼ਨ ਸਪੈਂਟ ਹੈ? ਨਹੀਂ, ਦੇਖੋ ਪਹਿਲਾ ਸਾਲ ਤਾਂ ਜਿਹੜਾ ਹੈ ਨਾ ਉਹ ਅਕਾਲੀ BJP ਦੇ ਜਿਹੜੇ ਵਿਛਾਏ ਹੋਏ ਕੰਡੇ ਸੀ ਉਹਨਾਂ ਨੂੰ ਚੁਗਣ 'ਤੇ ਹੀ ਲੱਗ ਗਿਆ। ਜਦੋਂ ਦੂਸਰਾ ਸਾਲ ਆਇਆ ਆਪਣੇ ਪੈਰਾਂ 'ਤੇ ਖੜ੍ਹਨਾ ਹੀ ਸੀ ਤਾਂ ਤੀਸਰੇ ਸਾਲ ਵਿੱਚ ਕਰੋਨਾ ਆ ਗਿਆ। ਇਸ ਕਰਕੇ 3 ਸਾਲ ਦਾ ਟਾਈਮ ਹੀ ਨਹੀਂ ਲੱਗਿਆ। ਆਹ ਹੁਣ ਮੌਕਾ ਆਇਆ, ਕੁਛ ਸਾਡੀ GST ਦੀ ਜਿਹੜੀ ਬਣਦਾ ਹਿੱਸਾ ਸੀ ਉਹ ਵੀ ਸੈਂਟਰ ਗੌਰਮੈਂਟ ਨੇ ਰੋਕੀ ਰੱਖਿਆ, ਉਹ ਵੀ ਹੁਣ ਆਇਆ। ਇਸ ਕਰਕੇ ਥੋੜ੍ਹੇ ਬਹੁਤ ਫੰਡ ਆਏ ਹੈ ਕਿਉਂਕਿ ਪਹਿਲਾਂ ਜਿਹੜੇ ਫੰਡ ਆਉਂਦੇ ਰਹੇ ਉਹ ਤਨਖਾਹਾਂ 'ਚ ਹੀ ਜਾਂਦੇ ਰਹੇ, ਹੁਣ ਕੁਛ ਸਰਪਲਸ ਪੈਸੇ ਬਚੇ ਆ ਜਿਹਦੇ ਨਾਲ
एक बेहतरीन प्रोजेक्ट जड़ा है वो बनाए जा सकते हैं, शहर की तरक्की की जा सकती है। लुधियाना से कैमरामैन विकास के साथ एकता की रिपोर्ट। आज के समाचार बस यहीं तक, मैं विनीता कल फिर हाजिर होंगी कुछ और धार्मिक और सामाजिक समाचारों के साथ। तब तक आप देखते रहिए आत्मा चैनल। जय जिनेंद्र।